ਆ ਪੰਪ ਦੇ ਉੱਤੇ ਬੈਠੇ ਆ ਮਗਰ ਸਾਡੇ ਰਿਲਾਇੰਸ ਵਾਲਿਆਂ ਦਾ ਪੰਪ ਤੁਹਾਨੂੰ ਪਤਾ ਅੰਦੋਲਨ ਚੱਲ ਰਿਹਾ ਫੇਰ ਕਿਉਂ ਰਿਲਾਇੰਸ ਦੇ ਪੰਪਾਂ ਤੋਂ ਤੇਲ ਪਵਾਉਣੇ ਆ ਕੋਈ ਗੱਲ ਨਹੀਂ ਬਾਈ ਗਾਹਾਂ ਨੂੰ ਨਹੀਂ ਪਵਾਵਾਂਗੇ ਕਮਾਲ ਆ ਯਾਰ ਉੱਥੇ ਲਾਹਣਤੀ ਕਿੰਨਾ ਨੂੰ ਮੈਂ ਕਹਿ ਤੁਹਾਨੂੰ ਸਮਝ ਗਏ ਹੋਵੋਗੇ ਬਾਦਲਾਂ ਦੇ ਝੰਡੇ ਲੱਗੇ ਹੋਏ ਨੇ ਨਾਲ ਇੱਕ ਕਿਸਾਨਾਂ ਦਾ ਝੰਡਾ ਲੱਗਿਆ ਹੋਇਆ ਚਾਪਲੂਸ ਜਿਹੜੇ ਹੈਗੇ ਆ ਤੁਰੇ ਫਿਰਦੇ ਆ ਇਹਨਾਂ ਦੀ ਚਾਪਲੂਸੀ ਕਰਦੇ ਦਲਾਲੀ ਕਰਦੇ ਉਹ ਗਦਾਰਾਂ 'ਚ ਲੈ ਕੇ ਜਾਣੇ ਆ ਇੱਕ ਦੋ ਗੱਲਾਂ ਹੁਣ ਮੈਂ ਕੱਲ੍ਹ ਨੂੰ ਸਾਂਝੀਆਂ ਕਰਾਂਗੇ ਉਹ ਬੜੀਆਂ ਮਹੱਤਵਪੂਰਨ ਗੱਲਾਂ ਨੇ ਉਹ ਵੀ ਜ਼ਰੂਰ ਸੁਣਿਓ ਬੜੀਆਂ ਕੰਮ ਦੀਆਂ ਗੱਲਾਂ ਨੇ ਉਹ ਬਹੁਤ ਮਤਲਬ ਕਿ ਵੱਡਾ ਅਸਰ ਪਾਉਣਗੀਆਂ ਸਦਾਈ ਦੇ ਉੱਤੇ ਸੰਘਰਸ਼ ਦੇ ਵਿੱਚ ਦਿੱਲੀ ਤਾਂ ਜਾਣਾ ਹੀ ਜਾਣਾ ਦਿੱਲੀ ਜਾਏ ਬਿਨਾਂ ਦਿੱਲੀ ਨੂੰ ਵਕਤ ਪਾਏ ਬਿਨਾਂ ਹੱਲ ਹੋਣੇ ਨਹੀਂ ਇਹ ਸਾਨੂੰ ਵੀ ਪਤਾ ਹਾਂ ਬਈ ਸਤਿ ਸ਼੍ਰੀ ਅਕਾਲ ਪੰਜਾਬੀਓ ਸਭ ਤੋਂ ਪਹਿਲਾਂ ਤਾਂ ਸਲਾਮ ਕਰਦੇ ਹਾਂ ਸਿਰ ਝੁਕਦਾ ਉਹਨਾਂ ਯੋਧਿਆਂ ਦੇ ਅੱਗੇ ਉਹਨਾਂ ਕਿਸਾਨਾਂ ਦੇ ਅੱਗੇ ਉਹਨਾਂ ਬਜ਼ੁਰਗਾਂ ਦੇ ਅੱਗੇ ਅਸੀਂ ਹੁਣ ਸਾਰੇ ਇੱਧਰ ਜਾ ਕੇ ਆਏ ਹਾਂ ਗੇੜਾ ਮਾਰ ਕੇ ਆਏ ਹਾਂ ਕਿ ਉਹ ਕਿਵੇਂ ਸੜਕਾਂ ਦੇ ਉੱਤੇ ਜਿਹੜੇ ਚਾਦਰਾਂ ਵਿਛਾ ਕੇ ਟੋਲਾਂ ਦੇ ਉੱਤੇ ਪੰਪਾਂ ਦੇ ਉੱਤੇ ਅਤੇ ਜਿਹੜੇ ਆਹ ਇਹਨਾਂ ਦੇ ਹੈਗੇ ਆਹ ਰੈਂਸ ਵਾਲਿਆਂ ਦੇ ਅਤੇ ਡਟੇ ਹੋਏ ਨੇ ਅਤੇ ਇਹ ਹੁੰਦੀ ਹੈ ਜਦੋਂ ਜੰਗ ਜਿੱਤਣੀ ਹੁੰਦੀ ਹੈ ਨਾ ਤਾਂ ਜੰਗਾਂ ਜਿੱਤਣ ਦੇ ਲਈ ਫਿਰ ਸਾਨੂੰ ਇਸ ਤਰ੍ਹਾਂ ਦੇ ਸਿਰੜ ਦੀ ਜ਼ਰੂਰਤ ਹੁੰਦੀ ਹੈ ਅਤੇ ਉਹ ਸਿਰੜ ਅੱਜ ਪੰਜਾਬ ਦੇ ਨੌਜਵਾਨ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਨੇ ਜਿਹੜੇ ਉਹ ਸੜਕਾਂ 'ਤੇ ਅੱਜ ਆਏ ਹੋਏ ਆ ਅਤੇ ਸਾਨੂੰ ਵੀ ਕਦਰ ਕਰਨੀ ਬਣਦੀ ਹੈ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਸਾਡੇ ਲਈ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਅੱਜ ਸੜਕਾਂ 'ਤੇ ਆਏ ਨੇ ਕੋਈ ਪਰਵਾਹ ਨਹੀਂ ਦਿਨ ਆ ਜਾਂ ਰਾਤ ਹੈ ਘਰ ਛੱਡੀ ਬੈਠੇ ਨੇ ਪਰ ਦੁੱਖ ਹੁੰਦਾ ਅਸੀਂ ਆਹ ਪੰਪ ਦੇ ਉੱਤੇ ਬੈਠੇ ਹਾਂ ਮਗਰ ਸਾਡੇ ਰਿਲਾਇੰਸ ਵਾਲਿਆਂ ਦਾ ਪੰਪ ਅਤੇ ਅੱਜ ਅਸੀਂ ਤੜਕੇ ਦੇਖਿਆ ਕਿ ਬਹੁਤ ਲੋਕ ਨੇ ਜਿਹੜੇ ਉਹ ਇੱਥੇ ਤੇਲ ਪਵਾਉਣਾ ਆਈ ਜਾਣ ਅਸੀਂ ਉਹਨੂੰ ਪੁੱਛਿਆ ਵੀ ਯਾਰ ਤੁਹਾਨੂੰ ਪਤਾ ਅੰਦੋਲਨ ਚੱਲ ਰਿਹਾ ਫੇਰ ਕਿਉਂ ਰਿਲਾਇੰਸ ਦੇ ਪੰਪਾਂ ਤੋਂ ਤੇਲ ਪਵਾਉਣੇ ਆ ਕੋਈ ਗੱਲ ਨਹੀਂ ਬਾਈ ਗਾਹਾਂ ਨੂੰ ਨਹੀਂ ਪਵਾਵਾਂਗੇ ਕਮਾਲ ਆ ਯਾਰ ਪਤੰਦਰੋ ਤੁਹਾਨੂੰ ਕੋਈ ਇਹ ਨਹੀਂ ਕਹਿ ਰਿਹਾ ਵੀ ਸੜਕ 'ਤੇ ਆ ਜਾਓ ਕੋਈ ਇਹ ਨਹੀਂ ਕਹਿ ਰਿਹਾ ਵੀ ਰਾਤ ਨੂੰ ਨਿਕਲਿਆਓ ਤਾਂ ਯਾਰ ਘੱਟੋ ਘੱਟ ਮੇਰਾ ਵੀਰ ਇੰਨਾ ਕੁ ਅਕਲ ਨੂੰ ਹੱਥ ਮਾਰ ਲਓ ਕਿ ਯਾਰ ਤੁਸੀਂ ਇੰਨਾ ਹੀ ਯੋਗਦਾਨ ਪਾ ਦਿਓ ਕਿ ਤੁਸੀਂ ਕਿਸੇ ਵੀ ਇਹਨਾਂ ਦੇ ਪੰਪ ਤੋਂ ਤੇਲ ਨਹੀਂ ਪਵਾਓਗੇ ਕਿਸੇ ਵੀ ਇਹਨਾਂ ਦੀ ਦੁਕਾਨ ਤੋਂ ਕੋਈ ਸਮਾਨ ਨਹੀਂ ਖਰੀਦੋਗੇ ਇਹਨਾਂ ਦੇ ਸਿਮ ਨਹੀਂ ਵਰਤੋਂਗੇ ਤਾਂ ਇੰਨਾ ਕੁ ਮੇਰਾ ਵੀਰ ਇੰਨਾ ਕੁ ਤੁਸੀਂ ਯੋਗਦਾਨ ਹਰ ਨਾਰਾ ਮਾਰੋ ਅਤੇ ਦੂਜਾ ਅੱਜ ਹੁਣ ਅਸੀਂ ਦੇਖਦੇ ਆਏ ਹਾਂ ਕਿ ਲਾਹਨਤੀਆਂ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ ਲਾਹਨਤੀ ਅਸੀਂ ਉੱਥੇ ਲਾਹਨਤੀ ਕਿੰਨਾ ਨੂੰ ਮੈਂ ਕਹਿ ਤੁਹਾਨੂੰ ਸਮਝ ਗਏ ਹੋਵੋਗੇ ਬਾਦਲਾਂ ਦੇ ਝੰਡੇ ਲੱਗੇ ਹੋਏ ਨੇ ਨਾਲ ਇੱਕ ਕਿਸਾਨਾਂ ਦਾ ਝੰਡਾ ਲੱਗਿਆ ਹੋਇਆ ਗੱਡੀਆਂ ਸਾਨੂੰ ਅਨੇਕਾਂ ਹੀ ਗੱਡੀਆਂ ਰਾਹ ਦੇ ਵਿੱਚ ਮਿਲੀਆਂ ਆਉਂਦਿਆਂ ਹੋਇਆਂ ਨੂੰ ਅਤੇ ਡੱਕੇ ਹੋਏ ਸ਼ਰਾਬ ਦੇ ਉੱਧਰੋਂ ਆਉਂਦੇ ਆ ਝੂਲਦੇ ਅਤੇ ਉਹਨਾਂ ਨੂੰ ਮੈਂ ਲਾਹਨਤ ਸ਼ਬਦ ਤਾਂ ਮੈਨੂੰ ਲੱਗਦਾ ਛੋਟੇ ਪੈ ਜਾਂਦੇ ਨੇ ਉਹਨਾਂ ਦੇ ਅੱਗੇ ਥੋੜ੍ਹੇ ਪੈ ਜਾਂਦੇ ਨੇ ਉਹਨਾਂ ਕੋਲ ਸਾਡੇ ਕੋਲ ਸ਼ਬਦ ਹੀ ਨਹੀਂ ਹੈਗਾ ਜਿਨ੍ਹਾਂ ਦੇ ਨਾਲ ਉਹਨਾਂ ਦਾ ਅਸੀਂ ਮਤਲਬ ਕਿ ਉਹਨਾਂ ਦਾ ਕਹਿ ਸਕੀਏ ਉਹਨਾਂ ਨੂੰ ਕਿ ਯਾਰ ਹਾਲੀਏ ਪਤਾ ਹੋਣ ਦੇ ਬਾਵਜੂਦ ਵੀ ਕਿ ਕੀ ਕਰ ਰਹੇ ਹਾਂ ਅੱਜ ਹੁਣ ਅਸੀਂ ਦੇਖ ਰਹੇ ਸੀਗਾ ਚੱਲ ਰਿਹਾ ਸੀਗਾ ਕਿ ਜੀ ਹਰਸਿਮਰਤ ਨੂੰ ਫੜ ਕੇ ਲਏ ਗਏ ਜੀ ਮਜੀਠੀਏ ਨੂੰ ਲਏ ਗਏ ਜੀ ਅਤੇ ਮਗਰੋਂ ਡਾਂਗਾਂ ਪੰਗਾਂ ਜੀ ਤੁਸੀਂ ਇਹ ਦੇਖਿਆ ਕਿ ਉੱਥੇ ਹਰਸਿਮਰਤ 'ਤੇ ਕਿਸੇ ਡਾਂਗ ਮਾਰੀ ਹੋਵੇ ਮਜੀਠੀਏ 'ਤੇ ਮਾਰੀ ਹੋਵੇ ਸੁਖਵੀਰ 'ਤੇ ਮਾਰੀ ਹੋਵੇ ਉਹਨਾਂ ਨੇ ਕਿਸੇ ਬੰਦੇ ਦਾ ਸਿਰ ਪਾਟਿਆ ਹੋਵੇ ਛੱਤਰ ਤੁਸੀਂ ਹੀ ਖਾਣੇ ਆ ਖਾਈ ਜਾਓ ਖਾਂਦੇ ਰਹੋ ਜਿੰਨਾ ਚਿਰ ਮਰਜ਼ੀ ਖਾਈ ਚੱਲੋ ਤੁਹਾਡੀ ਉੱਥੇ ਅੱਜ ਪਛਾੜਾਂ ਵਿਛੂੜਾਂ ਪਈਆਂ ਤੁਹਾਡੇ ਹੀ ਅੱਜ ਛੱਤਰ ਪਏ ਨੇ ਕਿਸੇ ਨੂੰ ਉਹਨਾਂ ਨੇ ਪਹਿਲੇ ਉਹਨਾਂ ਦੀ ਗਿੱਟ ਮਿੱਟ ਹੁੰਦੀ ਆ ਵੀ ਸਾਨੂੰ ਤਾਂ ਫੜ ਕੇ ਭਾਈ ਤੁਸੀਂ ਪਹਿਲਾਂ ਹੀ ਗੱਡੀਆਂ ਗੁੱਡੀਆਂ 'ਚ ਬਿਠਾ ਕੇ ਲੈ ਜਾਓ ਅਤੇ ਆ ਜਿਹੜੇ ਮਗਰ ਆਏ ਆ ਛੱਤਰ ਛੁੱਤਰ ਖਾ ਕੇ ਆਪੇ ਮੁੜ ਜਾਣਗੇ ਖਾਣ ਸੋਚੋ ਯਾਰ ਅਕਲ ਨੂੰ ਹੱਥ ਮਾਰੋ ਬਹੁਤ ਚਿਰ ਹੋ ਗਿਆ ਅਸੀਂ ਬੁੱਧੂ ਬਣਦੇ ਆ ਰਹੇ ਹਾਂ ਬਹੁਤ ਚਿਰ ਹੋ ਗਿਆ ਇਹਨਾਂ ਨੇ ਸਾਨੂੰ ਆਪਣੇ ਮਗਰ ਲਾ ਕੇ ਆਹੀ ਕੁਛ ਕਰ ਕਰਾ ਕੇ ਅਤੇ ਸਾਨੂੰ ਆਈ ਇਹ ਗੁੰਮਰਾਹ ਕਰਕੇ ਮਗਰ ਲਾਉਂਦੇ ਅਤੇ
एक गल होर जी मैं हम थोड़े ना सांझी करनी चाहना जी बड़ी जरूरी है। कल नू जाने 2 तरीक नू जिहड़ा यह किसान जथेबंदियां दा मोर्चा बिढ़िया होया है, ये 7 दिन का है। रेलां रोकण का भी 7 दिन का है, तो जिन्हें आ इन्हां दे टोल जे हैगे ने इन्हां दे उत्ते परचियां जिहड़ियां नहीं कटाउणियां आपां, उह परची नहीं कटाउणी जिहड़ी, तो वह भी यह 7 दिन चलूगा, आपां परची नहीं कटाउणी टोल दे उत्ते। तो इन्हां दे पंपां दा घराओ, इन्हां दे लीडरां दा घराओ, बीजेपी दियां दा, ये भी एक हफ्ते का प्रोग्राम हैगा, ये सारे चलने हैं। आपो अपने थावां ते, अज असीं इधर नाभे नहीं भी जाके आए हैं, तो उधर होर पटियाले नहीं भी जाके आए हैं, बाले थावां दे उत्ते पंप भी खुले पे ने, इन्हां दे लैंस दे लोग तेल भी पवाई जांदे, कोई ढोल भराई जांदा, कोई गड्डी च पवाई जांदा, कोई मोटरसाइकिल च पवाई जांदा, है ना। तो इन्हां दीआं दुकानां भी कई थाईं देखियां खुल्लियां पईआं ने, टोल भी इन्हां दे उत्ते परची कट्टी जांदे ने। तो मेरा वीर यार तुहानूं इही गुजारिश करदे आ कि जिथे भी तुसीं जिहड़े भी जिले दे विच हैगे हो, ਤੁਸੀਂ ਕਿਤੇ ਪਟਿਆਲੇ ਹੋ, ਜਲੰਧਰ ਹੋ, ਗੁਰਦਾਸਪੁਰ ਹੋ, ਅੰਮ੍ਰਿਤਸਰ ਹੋ, ਫਿਰੋਜ਼ਪੁਰ ਹੋ, ਕਿਤੇ ਹੀ ਹੈਗੇ ਹੋ, ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਕੱਲ੍ਹ ਤੋਂ ਲੈ ਕੇ ਡਟ ਜਾਓ ਮੇਰਾ ਵੀਰ, ਕਿਸੇ ਵੀ ਟੋਲ ਦੇ ਉੱਤੇ ਆਪੋ ਆਪਣਾ ਪਹਿਰਾ ਦੇ ਕੇ ਪੂਰੇ ਸੰਜਮ ਦੇ ਨਾਲ, ਪੂਰੀ ਜਾਬਤੇ ਦੇ ਵਿੱਚ ਰਹਿ ਕੇ ਟੋਲਾਂ ਦੇ ਉੱਤੇ ਕੋਈ ਵੀ ਪਰਚੀ ਆਪਾਂ ਕੱਟਣ ਨਹੀਂ ਦੇਣੀ। ਇੱਕ ਹਫ਼ਤੇ ਦਾ ਇਹ ਪ੍ਰੋਗਰਾਮ ਦਿੱਤਾ ਗਿਆ। ਇਹਨਾਂ ਦੇ ਜਿਹੜੇ ਆਹ ਰਿਲਾਇੰਸ ਦੇ ਪੰਪ ਨੇ, ਇਹਨਾਂ ਦਾ ਘਰਾਓ, ਇਹਨਾਂ ਦਾ ਤੇਲ ਨਹੀਂ, ਮਤਲਬ ਕਿ ਬੇਨਤੀ ਗੁਜ਼ਾਰਿਸ਼ ਹੀ ਕਰੋ ਲੋਕਾਂ ਨੂੰ ਜਿਹੜੇ ਆਉਂਦੇ ਨੇ ਕਿ ਯਾਰ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ, ਹੋਰ ਪੰਪ ਹੈਗੇ ਉੱਥੋਂ ਪਵਾ ਲਓ, ਇੱਥੋਂ ਨਾ ਤੁਸੀਂ ਤੇਲ। ਤਾਂ ਇੱਕ ਜਿਹੜੇ ਇਹਨਾਂ ਦੀਆਂ ਦੁਕਾਨਾਂ ਦਕੂਨਾਂ ਨੇ ਉਹਨਾਂ ਦਾ ਘਰਾਓ, ਇਹਨਾਂ ਦੇ ਲੀਡਰ ਜਿੱਥੇ ਸਾਨੂੰ ਕਿਤੇ ਮਿਲਦੇ ਆ, ਛੋਟੇ ਮੋਟੇ ਕੋਈ ਪਿੰਡਾਂ ਪੁੰਡਾਂ 'ਚ ਵੀ ਹੁੰਦੇ ਨੇ ਇਹਨਾਂ ਦੇ ਜਿਹੜੇ ਚੇਲੇ ਚਮਚੇ ਨੇ, ਅਤੇ ਜਾਂ ਜਿਹੜੇ ਇਹਨਾਂ ਦੇ ਕੋਈ ਹੋਰ ਸਾਨੂੰ ਕਿਤੇ ਮਿਲਦੇ ਆ, ਉਹਨਾਂ ਦਾ ਘਰਾਓ ਜਿੱਥੇ ਤੁਹਾਨੂੰ ਨੇੜੇ ਲੱਗਦਾ, ਤਾਂ ਮੇਰਾ ਵੀਰ ਆਪੋ ਆਪਣੇ ਥਾਵਾਂ ਦੇ ਉੱਤੇ ਇਹ ਡਟ ਜਾਓ। ਇਹ ਨਾ ਸੋਚਿਆ ਕਰੋ ਕਿ ਯਾਰ ਫਲਾਨਾ ਆਊਗਾ, ਉਹ ਆਊਗਾ, ਉਹ ਜਥੇਬੰਦੀ ਵਾਲੇ ਆਉਣਗੇ, ਅਸੀਂ ਤਾਂ ਤੁਰਾਂਗੇ। ਨਹੀਂ, ਆਪੋ ਆਪਣੇ ਥਾਵਾਂ ਦੇ ਉੱਤੇ, ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ, ਆਪੋ ਆਪਣੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਪਹਿਰਾ ਦੇਣਾ ਸ਼ੁਰੂ ਕਰੋ ਲਾਜ਼ਮੀ ਤੌਰ 'ਤੇ, ਕਿਉਂਕਿ ਬਹੁਤ ਵੱਡੀ ਅੱਜ 7 ਵੱਜੀ ਆ। ਅੱਜ ਤੁਸੀਂ ਦੇਖ ਲਓ ਕਿ 10,00,000 ਕਰੋੜ ਰੁਪਈਆਂ ਦਾ ਘਾਟਾ ਜਿਹੜਾ ਇਹਨਾਂ ਨੂੰ ਟੋਲਾਂ ਤੋਂ ਪਿਆ, ਪੰਪਾਂ ਤੋਂ ਪਿਆ, ਅਤੇ ਆਪਣਾ ਜਿਹੜਾ ਦੂਸਰੇ ਪਾਸਿਓਂ ਜਿਹੜੇ ਇਹਨਾਂ ਦਾ ਸਮਾਨ ਸਮੂਨ ਵੇਚਣ ਵਾਲੀਆਂ ਦੁਕਾਨਾਂ ਸੀ ਉੱਥੋਂ ਪਿਆ। ਇਸ ਕਰਕੇ ਮੇਰਾ ਵੀਰ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਜਹਿਨ ਦੇ ਵਿੱਚ ਰੱਖਣੀਆਂ ਕਿ ਅੱਜ ਸਾਨੂੰ ਇਕੱਲੇ ਇਕੱਲੇ ਬੰਦੇ ਨੂੰ ਇਸ ਲੜਾਈ ਦੇ ਵਿੱਚ ਕੁੱਦਣਾ ਪੈਣਾ। ਕਿਉਂ? ਕਿਉਂਕਿ ਜੇ ਅੱਜ ਅਸੀਂ ਰਾਤਾਂ ਨੂੰ ਝਾਕ ਲਾਂਗੇ, ਅੱਜ ਅਸੀਂ ਰਾਤਾਂ ਸੜਕਾਂ 'ਤੇ ਕੱਟ ਲਾਂਗੇ, ਅੱਜ ਅਸੀਂ ਅਨਿੰਦਰੇ ਕੱਟ ਲਾਂਗੇ, ਜਾ ਕੇ ਕੱਟ ਲਾਂਗੇ, ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ, ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੇ ਜਿਹੜੀਆਂ, ਉਹ ਸੁੱਖ ਦੀ ਨੀਂਦ ਸੌਂ ਸਕਣਗੀਆਂ। ਜੇ ਅੱਜ ਅਸੀਂ ਘੇਸਲ ਮਾਰ ਕੇ ਘਰਾਂ 'ਚ ਬੈਠ ਗਏ ਨਾ ਕਿ ਅਸੀਂ ਤਾਂ ਯਾਰ ਕੋਈ ਗੱਲ ਨਹੀਂ, ਉਹ ਦੁਨੀਆਂ ਨਾਲੇ ਬੈਠੇ ਨੇ ਜਾਂ ਉਹ ਬੈਠੇ ਨੇ, ਛੱਡੋ ਪਰ ਯਾਰ, ਇਹ ਹੀ ਛੱਡੋ ਯਾਰ, ਪੈ ਜਾਓ ਯਾਰ, ਕੋਈ ਗੱਲ ਨਹੀਂ, ਤਾਂ ਮੇਰਾ ਵੀਰ ਯਾਦ ਰੱਖਿਓ, ਪਰ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਰਹਿਣ ਲਈ, ਬਹਿਣ ਲਈ, ਪੈਣ ਲਈ ਘਰ ਨਹੀਂ ਮਿਲਣੇ, ਕਮਰੇ ਨਹੀਂ ਮਿਲਣੇ, ਆਹ ਗੱਡੀਆਂ ਗੁੱਡੀਆਂ ਭੁੱਲ ਜਾਓ ਫਿਰ, ਇਹ ਤਬਾਹ ਕਰ ਦੇਣਗੇ ਸਾਨੂੰ, ਤਬਾਹ ਕਰ ਦੇਣਗੇ ਮੇਰਾ ਵੀਰੋ। ਆਉਣ ਵਾਲੇ ਸਮੇਂ 'ਚ ਅਸੀਂ ਆਪਣੀਆਂ ਨਸਲਾਂ ਨੂੰ ਬਚਾਉਣਾ। ਫਿਰ ਇੱਕ ਵਾਰੀ ਸਿਰ ਝੁਕਦਾ ਉਹਨਾਂ ਯੋਧਿਆਂ ਦੇ ਅੱਗੇ ਜਿਹੜੇ ਅੱਜ ਸੜਕਾਂ 'ਤੇ ਨੇ, ਘਰਾਂ ਤੋਂ ਬਾਹਰ ਨੇ, ਇਹ ਲੜਾਈ ਦੇ ਵਿੱਚ ਕੁੱਦੇ ਹੋਏ ਨੇ, ਕਿਉਂਕਿ ਉਹਨਾਂ ਦਾ ਯੋਗਦਾਨ ਇਤਿਹਾਸ ਲਿਖਿਆ ਜਾਂਦਾ ਨਾ ਜਦੋਂ, ਤਾਂ ਇੱਕ ਇੱਕ ਦਿਨ ਦਾ, ਇੱਕ ਇੱਕ ਘੰਟੇ ਦਾ, ਇੱਕ ਇੱਕ ਮਿੰਟ ਦਾ, ਇੱਕ ਇੱਕ ਸਕਿੰਟ ਦਾ ਇਤਿਹਾਸ ਲਿਖਿਆ ਜਾਂਦਾ ਹੁੰਦਾ ਕਿ ਜਦੋਂ ਇਹ ਘੋਲ ਚੱਲੇ ਸੀ ਉਹਨਾਂ 'ਚ ਗਦਾਰ ਕੌਣ ਸੀ ਅਤੇ ਨਾਲ ਖੜਨ ਵਾਲੇ ਕੌਣ ਸੀ। ਗਦਾਰਾਂ 'ਚ ਉਹ ਲਿਖੇ ਜਾਣਗੇ ਜਿਹੜੇ ਅੱਜ ਚੰਡੀਗੜ੍ਹ ਨੂੰ ਤੁਰੇ ਫਿਰਦੇ ਸੀ ਨਾ, ਗੁਦਾਰਾਂ 'ਚ ਲਿਖੇ ਜਾਣੇ ਸਾਰੇ, ਯਾਦ ਰੱਖਿਓ। ਠੀਕ ਆ, ਉਹ ਲਾਣਤੀ ਹੈ, ਉਹ ਚਾਪਲੂਸ ਜਿਹੜੇ ਹੈਗੇ ਆ ਤੁਰੇ ਫਿਰਦੇ ਆ, ਇਹਨਾਂ ਦੀ ਚਾਪਲੂਸੀ ਕਰਦੇ, ਦਲਾਲੀ ਕਰਦੇ, ਉਹ ਗਦਾਰਾਂ 'ਚ ਲਿਖੇ ਜਾਣੇ ਆ। ਪਰ ਜਿਹੜੇ ਅੱਜ ਆਪਣੇ ਲੋਕਾਂ ਨਾਲ ਖੜੇ ਨੇ, ਆਪਣੀ ਕੌਮ ਨਾਲ ਖੜੇ ਨੇ, ਆਪਣੇ ਪੰਜਾਬ ਨਾਲ ਖੜੇ ਨੇ, ਉਹਨਾਂ ਦਾ ਇਤਿਹਾਸ ਜ਼ਰੂਰ ਲਿਖਿਆ ਜਾਣਾ, ਕਿਉਂਕਿ ਜਿਹੜੀ ਲੜਾਈ ਆਪਾਂ ਸ਼ੁਰੂ ਕੀਤੀ ਆ ਨਾ, ਜਿੱਤਣੀ ਆ, ਜਿੱਤੀ ਭਰਾਵੋ ਸਾਰਿਆਂ ਦੇ ਸਹਿਯੋਗ ਨਾਲ ਜਾਣੀ ਆ। ਮੇਰਾ ਵੀਰ ਇਕੱਲਾ ਇਕੱਲਾ ਬੰਦਾ, ਇਕੱਲਾ ਇਕੱਲਾ ਨੌਜਵਾਨ ਆਪਣਾ ਸਹਿਯੋਗ ਜ਼ਰੂਰ ਦਿਓ। ਕੱਲ੍ਹ ਨੂੰ ਮੈਂ ਫਿਰ ਅਖੀਰ ਦੇ ਉੱਤੇ ਬੇਨਤੀ ਕਰਦਾ, ਜਿੱਥੇ ਕਿਤੇ ਵੀ ਤੁਸੀਂ ਜਿਹੜੇ ਮਰਜ਼ੀ ਸ਼ਹਿਰ 'ਚ ਰਹਿੰਦੇ ਹੋ, ਜਿਹੜੇ ਜ਼ਿਲ੍ਹੇ 'ਚ ਰਹਿੰਦੇ ਹੋ, ਆਪੋ ਆਪਣੇ ਥਾਵਾਂ 'ਤੇ ਟੋਲ ਲਾ, ਜਿਵੇਂ ਅੱਜ ਆਪਣੇ ਜ਼ਿਲ੍ਹੇ ਵਾਲਾ ਭਗਤੇ ਵਾਲਾ, ਮੈਨੂੰ ਪਤਾ ਲੱਗਿਆ ਕਿ ਹੁਣ ਆਹ ਦੱਸਿਆ ਮੁੰਡਿਆਂ ਨੇ ਕਿ ਬਾਈ ਭਗਤੇ ਵਾਲਾ ਰਿਲਾਇੰਸ ਦਾ ਪੰਪ ਅੱਜ ਬੰਦ ਨਹੀਂ ਹੋਇਆ, ਪਰ ਕੱਲ੍ਹ ਨੂੰ ਆਪਾਂ ਬਠਿੰਡੇ ਵਾਲੋ ਖਿਆਲ ਕਰ ਲਿਓ, ਆਪਾਂ ਚਾਰ ਸਪੇਰੀ ਘੁੰਮਣਾ ਬਠਿੰਡੇ ਦੇ ਵਿੱਚ, ਆਪਾਂ ਨੂੰ ਕੱਲ੍ਹ ਨੂੰ ਕੋਈ ਵੀ ਇਹਨਾਂ ਦਾ ਪੰਪ, ਜਿਵੇਂ ਆਪਣੇ ਬਠਿੰਡੇ ਇਹਨਾਂ ਦੀ ਮਾਰਕੀਟ ਵੀ ਮੈਨੂੰ ਪਤਾ ਲੱਗੇ ਵੱਧੇ ਖਤਰਾਂ 'ਚ ਖੁੱਲ੍ਹੀ ਰਹੀ ਆ, ਉਹ ਜਿਹੜੀ ਉਰੇ ਆਪਣੇ ਮੇਨ ਸੜਕ 'ਤੇ ਆ, ਇਹਦੇ ਕੋਲ ਕਿਹੜਾ ਹੋਟਲ ਜਾ ਜਿਹੜਾ
ਹੋਟਲ ਜੈਕਟਾਂ ਹੋਟਲ ਜੈਕਟਾਂ ਹੋਟਲ ਸਾਰ ਹੋਟਲ ਜੈਕਟਾਂ ਉਹਦੇ ਸਟੈਲਾ ਸਟੈਲਾ ਹੋਟਲ ਦੇ ਕੋਲੇ ਇਹਨਾਂ ਦੀ ਆ ਹੈਗੀ ਆ ਉਹ ਉੱਥੇ ਉਹ ਉਹ ਵੀ ਆਪਾਂ ਸਾਰੀਆਂ ਜ਼ਿਲ੍ਹੇ ਦੇ ਵਿੱਚ ਮੈਨੂੰ ਪਤਾ 8-10 ਪੰਪ ਹੋਣੇ ਆ ਆਪਣੇ ਇਹਨਾਂ ਦੇ ਉਹ ਆਪਾਂ ਇੱਥੇ ਪਹਿਰਾ ਦੇ ਗਏ ਬਾਕੀ ਜ਼ਿਲ੍ਹਿਆਂ ਨੂੰ ਮੈਂ ਬੇਨਤੀ ਕਰਦਾ ਮੇਰਾ ਵੀਰ ਕਿ ਡਟ ਜੋ ਉੱਪਰ ਧੂੰਆਂ ਲਿਆ ਦਿਓ ਪਤਾ ਲੱਗ ਜੇ ਹੁਣ ਇੱਥੋਂ ਉਹ ਉੱਪਰ ਤੱਕ ਅਤੇ ਇੱਕ ਦੋ ਗੱਲਾਂ ਹੋਰ ਨਾਲ ਕੱਲ੍ਹ ਨੂੰ ਸਾਂਝੀਆਂ ਕਰਾਂਗੇ ਉਹ ਬੜੀਆਂ ਮਹੱਤਵਪੂਰਨ ਗੱਲਾਂ ਨੇ ਉਹ ਵੀ ਜ਼ਰੂਰ ਸੁਣਿਓ ਬੜੀਆਂ ਕੰਮ ਦੀਆਂ ਗੱਲਾਂ ਨੇ ਉਹ ਬਹੁਤ ਮਤਲਬ ਕਿ ਵੱਡਾ ਅਸਰ ਪਾਉਣਗੀਆਂ ਸਰਦਾਈ ਦੇ ਉੱਤੇ ਸੰਘਰਸ਼ ਦੇ ਵਿੱਚ ਤਾਂ ਹੋਰ ਕੋਈ ਗੱਲਬਾਤ ਬਈ ਹੋਰ ਕੋਈ ਠੀਕ ਹੈ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਆ ਵੀ ਸਵੇਰੇ ਡਟ ਜਾਓ ਹਾਂ ਸਵੇਰੇ ਹੁਣ ਆਪਾਂ ਹਫ਼ਤਾ ਪੂਰਾ ਡਟਣਾ ਹੈ ਮੇਰਾ ਵੀਰ ਜਿੱਥੇ ਜਿੱਥੇ ਤੁਹਾਡਾ ਲੱਗਦਾ ਲੋਟ ਉੱਥੇ ਉੱਥੇ ਆਪੋ ਆਪਣੇ ਥਾਵਾਂ ਦੇ ਉੱਤੇ ਪੂਰਾ ਐਨ ਮੰਡ ਜਾਓ ਹੁਣ ਨਾ ਕਿਤੇ ਹੋਵੇ ਕਿ ਆਪਾਂ ਯਾਰ ਕੋਈ ਗੱਲ ਨਹੀਂ ਕੱਲ੍ਹ ਨੂੰ ਦੇਖਾਂਗੇ ਪਰਸੋਂ ਦੇਖਾਂਗੇ ਮੈਂ ਇੱਧਰ ਜਾਣਾ ਮੈਂ ਉੱਧਰ ਜਾਣਾ ਹੁਣ ਤਾਂ ਕੰਮ ਕੁੰਮ ਵੀ ਇੰਨਾ ਹੈ ਨਹੀਂ ਆਪਾਂ ਨੂੰ ਖੇਤਾਂ 'ਚ ਵੀ ਆਪਣਾ ਕੰਮ ਨਹੀਂ ਬਾਹਰ ਅੰਦਰ ਵੀ ਕੋਈ ਬਾਹਲਾ ਕੰਮ ਨਹੀਂ ਹੈਗਾ ਅਤੇ ਆ ਜਾਓ ਇੱਕ ਵੱਧ ਤੋਂ ਵੱਧ ਇਹਨਾਂ ਨੂੰ ਲਾਹਣ ਤਾਂ ਪਾਇਆ ਕਰੋ ਪਾਉਣੇ ਦਾ ਖੈਰ ਤੁਸੀਂ ਬਹੁਤਾਂ ਲਾਹਣ ਤਾਂ ਮੈਂ ਦੇਖਦਾ ਹੁੰਦਾ ਲਾਹਣ ਤਾਂ ਇਹਨਾਂ ਨੂੰ ਬਹੁਤ ਪਾਉਂਦੇ ਆ ਇਹਨਾਂ ਨੂੰ ਬਥੇਰੀਆਂ ਦੇ ਮਾਰਦਿਆਂ ਚਪੇੜਾਂ ਮੂੰਹ ਦੇ ਉੱਤੇ ਇਹਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਪਰ ਫਿਰ ਵੀ ਇਹਨਾਂ ਨੂੰ ਨਾ ਪਿੰਡਾਂ ਪੁੰਡਾਂ 'ਚ ਤੁਹਾਨੂੰ ਜਿੱਥੇ ਮਿਲਦੇ ਨੇ ਇਹਨਾਂ ਨੂੰ ਪੁੱਛਿਆ ਕਰੋ ਮੈਂ ਤੁਹਾਨੂੰ ਕਹਾਣੀ ਥੋੜ੍ਹਾ ਜਿਹਾ ਕਹਾਣੀ ਸੁਣਾਉਂਦਾ ਮੇਰੇ ਪਿੰਡ ਵੀ ਇੱਕ ਅਕਾਲੀ ਦਲ ਨਾਲ ਜੁੜਿਆ ਹੋਇਆ ਪੁਰਾਣਾ ਪਰਿਵਾਰ ਹੈ 35-40 ਸਾਲ ਤੋਂ ਉਹਨਾਂ ਦੇ ਨੌਜਵਾਨ ਮੁੰਡੇ ਆ ਦੋ ਅਤੇ ਉਹਨਾਂ ਨੂੰ ਜਿਹੜੇ ਅਕਾਲੀ ਦਲ ਦੇ ਵਰਕਰ ਘਰ ਕਹਿਣ ਵਗ ਗਏ ਵੀ ਆ ਜਾਓ ਯਾਰ ਅੱਜ ਆਪਾਂ ਉੱਥੇ ਚੱਲਣਾ ਤਾਂ ਉਹ ਮੁੰਡੇ ਨੇ ਬਹੁਤ ਕਰਾਰੀ ਗੱਲ ਸੁਣਾਈ ਕਹਿੰਦਾ ਓਏ ਕਿਹੜੇ ਕਿਹੜਿਆਂ ਗਦਾਰਾਂ ਮਗਰ ਤੁਸੀਂ ਤੁਰੇ ਫਿਰਦੇ ਹੋ ਜਿਨ੍ਹਾਂ ਨੇ ਪੰਜਾਬ ਵੇਚਤਾ ਕੌਮ ਵੇਚਤੀ ਪੰਥ ਵੇਚਤਾ ਜਿਨ੍ਹਾਂ ਨੇ ਛੱਡੇ ਹੀ ਕੁਛ ਨਹੀਂ ਤਾਂ ਜਿਹੜੇ ਚੱਛਾ ਝੱਤੇ ਖੜ ਕੇ ਕਿਸੇ ਨੂੰ ਗੱਲ ਨਹੀਂ ਆਈ ਉਹ ਕਹਿੰਦੇ ਤੁਹਾਡਾ ਤਾਂ ਪਰਿਵਾਰ ਜੀ ਇੱਕ ਬੋਲਿਆ 35 ਸਾਲ ਤੋਂ 40 ਸਾਲ ਦਾ ਕਹਿੰਦਾ ਉਹ ਕਹਿੰਦੇ ਗੋਲੀ ਮਾਰ ਯਾਰ 35 ਸਾਲ ਤੋਂ ਜਾਂ 40 ਸਾਲ ਤੋਂ ਨਾਲ ਸਾਡਾ ਪਰਿਵਾਰ ਕਹਿੰਦੇ ਅੱਜ ਦੀ ਗੱਲ ਕਰੋ ਕੀ ਨਹੀਂ ਕੀਤਾ ਬਾਦਲਾਂ ਨੇ ਜਾਂ ਕੀ ਨਹੀਂ ਕੈਪਟਨਾਂ ਨੇ ਕੀਤਾ ਹੁਣ ਕੱਲ੍ਹ ਨੂੰ ਰਾਹੁਲ ਗਾਂਧੀ ਆਜੂਗਾ ਉੱਥੇ ਅਤੇ ਉਹ ਉੱਥੇ ਉੱਧਰ ਚੱਕ ਲੈਣਗੇ ਡੂੰਡਾ ਉਹ ਟਰੈਕਟਰ ਲੈ ਕੇ ਉੱਧਰ ਤੁਰੇ ਫਿਰਨਗੇ ਉਹ ਜਿੰਦਾਬਾਦ ਕਰਦੇ ਫਿਰਨਗੇ ਇਹਦੇ ਚੱਕਰਾਂ 'ਚ ਪਏ ਫਿਰਦੇ ਹੋ ਯਾਰ ਲੱਗਦਾ ਤੁਹਾਨੂੰ ਕਿ ਤੁਹਾਡੇ ਭਲੇ ਦੀ ਗੱਲ ਹੋ ਰਹੀ ਹੈ ਇਹ ਸਾਰੇ ਡਰਾਮੇ ਹੋ ਰਹੇ ਨੇ ਉਹਨੇ ਉਹਨੇ ਦਿੱਲੀ ਇੱਧਰ ਨੂੰ ਆ ਰਿਹਾ ਹੈ ਦੱਸੋ ਮੋਦੀ ਨੂੰ ਉੱਥੇ ਘੇਰਦਾ ਉੱਥੇ ਘੇਰ ਲਾ ਤੂੰ ਇੱਥੋਂ ਸੱਦ ਕੈਪਟਨ ਨੂੰ ਅਤੇ ਆਪਦੇ MLA ਨੂੰ ਅਤੇ ਹੋਰ ਜਿਹੜੇ ਸੂਬਿਆਂ 'ਚ ਤੇਰੀਆਂ ਸਰਕਾਰਾਂ ਨੇ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਅਤੇ MLA ਨੂੰ ਸੱਦ ਲਾ ਉੱਥੇ ਬੈਠ ਦਿੱਲੀ ਅਤੇ ਪੰਜਾਬ 'ਚ ਕੀ ਕਰਨ ਆਉਣਾ ਤੂੰ ਤੂੰ ਡਰਾਮਾ ਪੰਜਾਬ 'ਚ ਖੇਡਣ ਆਈ ਜਾਂਦਾ ਜਾਣਾ ਦਿੱਲੀ ਨੂੰ ਇਹ ਮੁੜ ਘੁੜ ਪੰਜਾਬ 'ਚ ਵੜੀ ਜਾਂਦੇ ਆ ਕਦੋਂ ਸਮਝੋਗੇ ਮੈਂ ਤਾਂ ਇਹੀ ਸੋਚ ਸੋਚ ਕੇ ਮੇਰਾ ਦਿਮਾਗ ਚੱਕਰ ਖਾਈ ਜਾਂਦਾ ਰਹਿੰਦਾ ਕਿ ਸਾਡੇ ਲੋਕਾਂ ਦੀ ਮੱਤ ਨੂੰ ਕੀ ਹੋ ਗਿਆ ਇੰਨੇ ਅਸੀਂ ਪਤੰਦਰੋ ਨਿਖਿੱਧ ਨਿਕੰਮੇ ਮਰੀਆਂ ਜ਼ਮੀਰਾਂ ਵਾਲੇ ਕਿਹਨਾਂ ਦੇ ਨਾਲ ਤੁਰੇ ਫਿਰਦੇ ਹਾਂ ਗੱਡੀ ਆ ਜਾਓ ਅਸੀਂ ਦੇਖਿਆ ਇੰਨਾ ਲਾਰਾ ਲੱਗਿਆ ਹੋਇਆ ਗੱਡੀਆਂ ਦਾ ਇਹਨਾਂ ਦੇ ਮਗਰ ਤੁਰੀ ਹੋਈ ਆ ਦੁਨੀਆ ਝੰਡੇ ਇਹਨਾਂ ਦੇ ਲੱਗੇ ਹੋਏ ਨੇ ਇੱਕ ਪਾਸੇ ਕਹਿੰਦੇ ਸੀ ਕਿਸਾਨਾਂ ਨਾਲ ਖੜੇ ਹਾਂ ਖੜਦੇ ਖੁੜੇ ਕੁਛ ਨਹੀਂ ਕਿਸਾਨਾਂ ਨਾਲ ਇਹ ਸਿਰਫ ਇਹ ਦੇਖ ਰਹੇ ਨੇ ਕਿ ਇੱਥੋਂ ਅਸੀਂ ਹੁਣ ਆਪਣੀ ਸਿਆਸੀ ਜ਼ਮੀਨ ਕਿਵੇਂ ਲੱਭਣੀ ਆ ਕਿਵੇਂ ਲੋਕਾਂ ਨੂੰ ਆਪਦੇ ਨਾਲ ਤੋਰਨਾ ਕਿਵੇਂ ਵੋਟਾਂ ਨੂੰ ਆਪਾਂ ਉਹ ਇੱਥੋਂ ਕੱਢ ਕੇ ਲਿਜਾਣਾ ਹੁਣ ਇਹ ਸਾਰਾ ਡਰਾਮਾ ਹੋ ਰਿਹਾ ਇੱਕ ਵੀਰ ਕਹਿੰਦਾ ਸੈਂਟਰ ਵੱਲ ਚੱਲ ਗਏ ਚੱਲਾਂਗੇ ਵੀਰੇ ਮੈਂ ਵਾਰ ਵਾਰ ਇਹੀ ਗੱਲ ਕਹਿਣਾ ਚੱਲਾਂਗੇ ਪੱਕਾ ਚੱਲਾਂਗੇ ਦਿੱਲੀ ਤਾਂ ਜਾਣਾ ਹੀ ਜਾਣਾ ਦਿੱਲੀ ਜਾਏ ਬਿਨਾ ਦਿੱਲੀ ਨੂੰ ਵਕਤ ਪਾਏ ਬਿਨਾ ਹੱਲ ਹੋਣੇ ਨਹੀਂ ਇਹ ਸਾਨੂੰ ਵੀ ਪਤਾ ਪਰ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਇੱਕ ਰਣਨੀਤੀ ਦੇ ਨਾਲ ਇੱਕ ਯੋਜਨਾ ਦੇ ਨਾਲ ਆਪਾਂ ਚੱਲਾਂਗੇ ਜਿਵੇਂ ਵਿਉਂਤਬੰਦੀ ਦੇ ਨਾਲ ਚੱਲਾਂਗੇ ਤਾਂ ਜ਼ਰੂਰ ਆਪਾਂ ਜਿੱਤ ਹਾਸਲ ਕਰਾਂਗੇ ਜਿੰਨਾ ਆਪਾਂ ਤੱਤਾ ਕਈ ਵਾਰੀ ਆਪਾਂ ਖਾ ਲੈਂਦਾ ਤਾਂ ਮੂੰਹ ਮੱਚ ਜਾਂਦਾ ਪਰ ਜਦੋਂ ਅਸੀਂ ਮਤਲਬ ਕਿ ਪੂਰਾ ਐਨ ਤਰੀਕੇ ਨਾਲ ਅਸੀਂ ਮਿਲ ਗਏ ਸਾਰੇ ਇੱਕ ਹੋ ਗਏ ਇੱਕ ਝੰਡੇ ਹੇਠਾਂ ਹੋ ਗਏ ਐਲਾਨਤਾਂ ਲੂਣਤਾਂ ਪਾ ਕੇ ਇਹਨਾਂ ਗਦਾਰਾਂ ਨੂੰ ਵੀ ਲੈ ਆਓ ਜਿਹੜੇ ਫਿਰਦੇ ਆ ਪਿੰਡਾਂ 'ਚ ਝੰਡੇ ਚੱਕੀ ਕਾਲੀਆਂ ਕਾਂਗਰਸੀਆਂ ਦੇ ਇਹਨਾਂ ਨੂੰ ਵੀ ਨਾਲ ਤੋਰੋ ਇਹਨਾਂ ਨੂੰ ਰੋਜ਼ ਨੌਜਵਾਨਾਂ ਨੂੰ ਮੈਂ ਕਹਿਣਾ ਚਾਹੁੰਦਾ ਇਹਨਾਂ ਨੂੰ ਲਾਹਣਤ ਪਾਇਆ ਕਰੋ ਬਿਠਾ ਕੇ ਮੂੰਹ ਦੇ ਉੱਤੇ ਇਹਨਾਂ ਕੋਲ ਗੱਲਾਂ ਰੱਖੋ ਇਹਨਾਂ ਨੂੰ ਸਵਾਲ ਪੁੱਛੋ ਬਾਦਲਾਂ ਬਾਰੇ ਕੈਪਟਨਾਂ ਬਾਰੇ ਫਿਰ ਇਹਨਾਂ ਨੂੰ ਪੁੱਛੋ ਜਵਾਬ ਦਿਓ ਕਹਿ ਫਿਰ ਹੋ ਸਕਦਾ ਮਾੜੇ ਮੋਟੇ ਸ਼ਰਮ ਮੰਨਦੇ ਤੁਹਾਡੇ ਨਾਲ ਤੁਰ ਪੈਣ ਫਿਰ ਜਿੱਦੇ ਆਪਣੀ ਲਾਮਬੰਦੀ ਐਡੀ ਵੱਡੀ ਹੋ ਗਈ ਦਿੱਲੀ ਨੂੰ ਵੀ ਚੱਲਾਂਗੇ ਇਹੋ ਜਿਹੀ ਗੱਲ ਨਹੀਂ ਹੈਗੀ ਜਾਣਾ ਹੀ ਜਾਣਾ ਆਪਾਂ ਨੂੰ ਇਹ ਪਤਾ ਪੰਜਾਬ 'ਚ ਬੈਠ ਕੇ ਆਪਾਂ ਹੱਲ ਨਹੀਂ ਹੋਣਾ ਪਰ ਅੱਜ ਪੰਜਾਬ ਨੂੰ ਹੀ ਦਿੱਲੀ ਬਣਾਉਣਾ ਪੈਣਾ ਇੱਕ ਵਾਰੀ ਪੰਜਾਬ ਨੂੰ ਦਿੱਲੀ ਬਣਾਵਾਂਗੇ ਅਤੇ ਫਿਰ ਦਿੱਲੀ ਵੱਲ ਕੂਚ ਕਰਾਂਗੇ ਧੰਨਵਾਦ ਸਾਰਿਆਂ ਦਾ ਗੱਲਾਂ 'ਤੇ ਮੇਰਾ ਵੀਰ ਅਮਲ ਕਰਕੇ ਕੱਲ੍ਹ ਨੂੰ ਅੱਜ ਖੈਰ ਆਪ ਮੁਹਾਰੇ ਵੀ ਬਹੁਤ ਮੁੰਡਿਆਂ ਨੇ ਇੱਧਰ ਮੋਗੇ ਇੰਨੀ ਅਤੇ ਹੋਰ ਇੱਧਰ ਪਰਲੇ ਪਾਸੇ ਆਪਣੇ ਲੁਧਿਆਣੇ ਇੰਨੀ ਇੱਧਰ ਕੋਟਕਪੁਰ ਇੰਨੀ ਕਈ ਥਾਵਾਂ ਦੇ ਉੱਤੇ ਮੁੰਡਿਆਂ ਨੇ ਆਪ ਮੁਹਾਰੇ ਵੀ ਜਿਹੜੇ ਟੋਲ ਟਾਲਾਂ ਦੇ ਉੱਤੇ ਪਰਚੀਆਂ ਦਾ ਕੀਤਾ ਇਹਨਾਂ ਨੇ ਕੰਮ
ਤੇ ਆਪਣਾ ਨਗਾਈਆਂ ਨੇ ਗੱਡੀਆਂ ਸਾਰਾ ਕੁਝ ਸਾਧਨ ਨਗਾਏ ਨੇ ਜਿਹੜੇ ਬਿਨਾਂ ਪਰਚੀ ਤੋਂ ਤੇ ਉਹਨਾਂ ਦਾ ਵੀ ਧੰਨਵਾਦ ਹੈ ਤੇ ਕੱਲ ਨੂੰ ਫੇਰ 7 ਦਿਨ ਆਪਾਂ ਹੀ ਚੱਲਣਾ ਹੁਣ ਆ ਜਾਓ ਹੁਣ 7 ਦਿਨ ਆਪਾਂ ਘਰੇ ਨਹੀਂ ਬਾਹਰ ਸੜਕਾਂ ਦੀ ਰਾਤਾਂ ਗੁਜ਼ਾਰਨੀਆਂ ਨੇ ਕੋਈ ਗੱਲ ਨਹੀਂ ਇਹ ਤਾਂ ਕੌਮ ਹਮੇਸ਼ਾ ਤੋਂ ਹੀ ਜੰਗਲਾਂ ਦੇ ਵਿੱਚ ਭੁੱਖੇ ਰਹਿ ਕੇ ਅਤੇ ਛੋਲੇ ਛਾਲੇ ਚੱਬ ਕੇ ਅਤੇ ਪੱਤੇ ਪੁੱਤੇ ਚੱਬ ਕੇ ਗੁਜ਼ਾਰਾ ਕਰਕੇ ਵੱਡੀਆਂ ਵੱਡੀਆਂ ਲੜਾਈਆਂ ਲੜ ਕੇ ਜੰਗਾਂ ਜਿੱਤਣ ਵਾਲੀ ਕੌਮ ਰਹੀ ਹੈ ਆਪਣੇ ਇਤਿਹਾਸ ਨੂੰ ਯਾਦ ਕਰ ਲਿਆ ਕਰਕੇ ਛੱਡਦੇ ਹੁਣ ਏਸੀਆਂ ਉਸੀਆਂ ਦੇ ਖਹਿੜੇ ਅਤੇ ਰਾਤਾਂ ਨੂੰ ਕੋਈ ਗੱਲ ਨਹੀਂ ਕੋਈ ਬਾਹਲਾ ਫਰਕ ਨਹੀਂ ਪੈਂਦਾ ਹੁੰਦਾ ਜੇ ਆਪਾਂ 5-7 ਰਾਤਾਂ 10 ਰਾਤਾਂ 20 ਰਾਤਾਂ ਬਾਹਰ ਵੀ ਕੱਢ ਲੜਾਈ ਫੇਰ ਹੀ ਜਿੱਤੇ ਜਾਣ ਧੰਨਵਾਦ ਜਿਉਂਦੇ ਵਸਦੇ ਰਹੋ ਅਤੇ ਮੇਰੇ ਦਿੱਤੇ ਹੋਏ ਮੇਰਾ ਵੀਰ ਸੁਨੇਹਿਆਂ ਦੇ ਉੱਤੇ ਕੱਲ੍ਹ ਨੂੰ ਹੁਣ ਆਪੋ ਆਪਣੇ ਥਾਵਾਂ ਦੇ ਉੱਤੇ ਡਟ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਜੋ ਇੰਨੇ ਪੰਜਾਬੀ ਗਏ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ ਅਤੇ ਸਰਕਾਰ ਦੇ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ ਸਗੋਂ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਸਾਥ ਦੇ ਧਰਨੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਜੋ ਇਹ ਕਿਸਾਨ ਵਿਰੋਧੀ ਬਿੱਲ ਰੱਦ ਹੋ ਸਕੇ ਇਸ ਬਿੱਲ ਪ੍ਰਤੀ ਸਰਕਾਰ ਦੇ ਵਿਰੋਧ ਵਿੱਚ ਕੀ ਕਰਨਾ ਚਾਹੀਦਾ ਹੈ ਤੁਸੀਂ ਵੀ ਆਪਣੇ ਕਮੈਂਟ ਕਰ ਆਪਣੇ ਵਿਚਾਰ ਦੇਣਾ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਨਾਲ ਅਤੇ ਜੇਕਰ ਤੁਹਾਡੇ ਕੋਲ ਵੀ ਪੰਜਾਬੀ ਇੰਡਸਟਰੀ ਦਾ ਕੋਈ ਅਜਿਹਾ ਅਪਡੇਟ ਹੈ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ DM ਕਰ ਉਸਦੀ ਜਾਣਕਾਰੀ ਦੇ ਸਕਦੇ ਹੋ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਦਾ ਨਾਮ ਇਸ ਵੀਡੀਓ ਵਿੱਚ ਸ਼ੇਅਰ ਕੀਤਾ ਜਾਵੇਗਾ ਜੇਕਰ ਇਸ ਚੈਨਲ 'ਤੇ ਤੁਸੀਂ ਨਵੇਂ ਹੋ ਤਾਂ ਪੰਜਾਬੀ ਇੰਡਸਟਰੀ ਦੀਆਂ ਹਰ ਨਵੀਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ